हमारी वार्डन आई है, पहले ये हिली है, पहले ये हिली है, हमको कहा गया कि मैं आ सकता हूँ तुम्हारे तो बच्चे नहीं आते। ਕੁੜੀਆਂ ਦੇ ਹੋਸਟਲ ਦੇ ਵਿੱਚ ਇੱਕ ਵਿਸ਼ੇ ਬਿਨਾਂ ਦੱਸੇ ਅੰਦਰ ਵੜਿਆ, ਜਿਸ ਤੋਂ ਬਾਅਦ ਲੜਕੀਆਂ ਦੇ ਵੱਲੋਂ ਹੰਗਾਮਾ ਕੀਤਾ ਗਿਆ। ਤਾਂ ਦੱਸ ਦਈਏ ਕਿ ਰਾਜੀਵ ਗਾਂਧੀ ਲਾਅ ਯੂਨੀਵਰਸਿਟੀ ਜੋ ਪਟਿਆਲਾ ਦੇ ਵਿੱਚ ਹੈ, ਉਸਦੇ ਵਿਸ਼ੇ ਦੇ ਉੱਤੇ ਇਹ ਇਲਜ਼ਾਮ ਲੱਗੇ ਨੇ ਕਿ ਜੋ ਵਿਸ਼ੇ ਹੈ ਬਿਨਾਂ ਦੱਸੇ ਹੀ ਲੜਕੀਆਂ ਦੇ ਹੋਸਟਲ ਦੇ ਵਿੱਚ ਵੜਿਆ, ਜਿਸ ਤੋਂ ਬਾਅਦ ਗੁੱਸੇ 'ਚ ਆਏ ਵਿਦਿਆਰਥੀਆਂ ਦੇ ਵੱਲੋਂ ਰਾਤ ਨੂੰ ਹੀ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਗਿਆ। ਤਾਂ ਤਸਵੀਰਾਂ ਦੇ ਵਿੱਚ ਵੀ ਸਾਫ਼ ਦੇਖਿਆ ਜਾ ਸਕਦਾ ਹੈ ਕਿ ਵੱਡੀ ਗਿਣਤੀ ਦੇ ਵਿੱਚ ਜੋ ਲੜਕੀਆਂ ਨੇ ਉਹਨਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਗਿਆ। ਅਤੇ ਇਸੇ ਦੌਰਾਨ ਇੱਕ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਵੀ ਕਾਫ਼ੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਦੇ ਵਿੱਚ ਵਿਸ਼ੇ ਜੋ ਹੈ ਉਹ ਲੜਕੀਆਂ ਦੇ ਹੋਸਟਲ ਦੇ ਅੰਦਰ ਜੋ ਕਮਰੇ ਨੇ ਉਹਨਾਂ ਦੇ ਅੰਦਰ ਖੜ੍ਹਾ ਨਜ਼ਰ ਆ ਰਿਹਾ, ਅਤੇ ਨਾਲ ਹੀ ਲੜਕੀਆਂ ਦੇ ਨਾਲ ਉਹਨਾਂ ਦੇ ਵੱਲੋਂ ਗੱਲਬਾਤ ਕੀਤੀ ਜਾ ਰਹੀ ਹੈ। ਹਾਲਾਂਕਿ ਵਿਸ਼ੇ ਦੇ ਮੁਤਾਬਿਕ ਉਸ ਵੀਡੀਓ ਦੇ ਵਿੱਚ ਕਿਹਾ ਜਾ ਰਿਹਾ ਕਿ ਵਾਰਡਨ ਨੇ ਪਹਿਲਾਂ ਅੰਦਰ ਜਾ ਕੇ ਲੜਕੀਆਂ ਨੂੰ ਦੱਸਿਆ, ਫਿਰ ਉਹ ਇੱਥੇ ਆਏ ਨੇ। ਪਰ ਦੂਜੇ ਪਾਸੇ ਜੋ ਅੰਦਰ ਲੜਕੀਆਂ ਰਹਿ ਰਹੀਆਂ ਨੇ, ਜੋ ਵਿਦਿਆਰਥਣਾਂ ਨੇ, ਉਹਨਾਂ ਦੇ ਵੱਲੋਂ ਇਹ ਇਲਜ਼ਾਮ ਲਗਾਏ ਗਏ ਨੇ ਕਿ ਜੋ ਵਿਸ਼ੇ ਹੈ ਉਹ ਡਾਇਰੈਕਟ ਹੀ ਹੋਸਟਲ ਦੇ ਅੰਦਰ ਵੜਿਆ ਅਤੇ ਆਉਂਦੇ ਸਾਰ ਹੀ ਕਮਰੇ ਦੇ ਵਿੱਚ ਆ ਗਿਆ, ਜਿਸ ਤੋਂ ਬਾਅਦ ਗੁੱਸੇ ਦੇ ਵਿੱਚ ਆਏ ਵਿਦਿਆਰਥੀਆਂ ਦੇ ਵੱਲੋਂ ਹੁਣ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਗਿਆ। ਤਾਂ ਪਟਿਆਲਾ ਦੀ ਰਾਜੀਵ ਗਾਂਧੀ ਲਾਅ ਯੂਨੀਵਰਸਿਟੀ ਹੈ, ਬੜੀ ਮਸ਼ਹੂਰ ਯੂਨੀਵਰਸਿਟੀ ਹੈ, ਅਤੇ ਇਸ ਦੇ ਵਿੱਚ ਇਹ ਬੀਤੀ ਰਾਤ ਨੂੰ ਹੰਗਾਮਾ ਹੋਇਆ। हमारी वार्डन आई है, पहले ये हिली है, पहले ये हिली है, पर हमको कहा गया कि मैं आ सकता हूँ तुम्हें तो बच्चे नहीं आते। ਕੁੜੀਆਂ ਦੇ ਹੋਸਟਲ ਦੇ ਵਿੱਚ ਇੱਕ ਵਿਸ਼ੇ ਬਿਨਾਂ ਦੱਸੇ ਅੰਦਰ ਵੜਿਆ, ਜਿਸ ਤੋਂ ਬਾਅਦ ਲੜਕੀਆਂ ਦੇ ਵੱਲੋਂ ਹੰਗਾਮਾ ਕੀਤਾ ਗਿਆ। ਤਾਂ ਦੱਸ ਦਈਏ ਕਿ ਰਾਜੀਵ ਗਾਂਧੀ ਲਾਅ ਯੂਨੀਵਰਸਿਟੀ ਜੋ ਪਟਿਆਲਾ ਦੇ ਵਿੱਚ ਹੈ, ਉਸਦੇ ਵਿਸ਼ੇ ਦੇ ਉੱਤੇ ਇਹ ਇਲਜ਼ਾਮ ਲੱਗੇ ਨੇ ਕਿ ਜੋ ਵਿਸ਼ੇ ਹੈ ਬਿਨਾਂ ਦੱਸੇ ਹੀ ਲੜਕੀਆਂ ਦੇ ਹੋਸਟਲ ਦੇ ਵਿੱਚ ਵੜਿਆ, ਜਿਸ ਤੋਂ ਬਾਅਦ ਗੁੱਸੇ 'ਚ ਆਏ ਵਿਦਿਆਰਥੀਆਂ ਦੇ ਵੱਲੋਂ ਰਾਤ ਨੂੰ ਹੀ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਗਿਆ। ਤਾਂ ਤਸਵੀਰਾਂ ਦੇ ਵਿੱਚ ਵੀ ਸਾਫ਼ ਦੇਖਿਆ ਜਾ ਸਕਦਾ ਹੈ ਕਿ ਵੱਡੀ ਗਿਣਤੀ ਦੇ ਵਿੱਚ ਜੋ ਲੜਕੀਆਂ ਨੇ ਉਹਨਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਗਿਆ। ਅਤੇ ਇਸੇ ਦੌਰਾਨ ਇੱਕ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਵੀ ਕਾਫ਼ੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਦੇ ਵਿੱਚ ਵਿਸ਼ੇ ਜੋ ਹੈ ਉਹ ਲੜਕੀਆਂ ਦੇ ਹੋਸਟਲ ਦੇ ਅੰਦਰ ਜੋ ਕਮਰੇ ਨੇ ਉਹਨਾਂ ਦੇ ਅੰਦਰ ਖੜ੍ਹਾ ਨਜ਼ਰ ਆ ਰਿਹਾ, ਅਤੇ ਨਾਲ ਹੀ ਲੜਕੀਆਂ ਦੇ ਨਾਲ ਉਹਨਾਂ ਦੇ ਵੱਲੋਂ ਗੱਲਬਾਤ ਕੀਤੀ ਜਾ ਰਹੀ ਹੈ। ਹਾਲਾਂਕਿ ਵਿਸ਼ੇ ਦੇ ਮੁਤਾਬਿਕ ਉਸ ਵੀਡੀਓ ਦੇ ਵਿੱਚ ਕਿਹਾ ਜਾ ਰਿਹਾ ਕਿ ਵਾਰਡਨ ਨੇ ਪਹਿਲਾਂ ਅੰਦਰ ਜਾ ਕੇ ਲੜਕੀਆਂ ਨੂੰ ਦੱਸਿਆ, ਫਿਰ ਉਹ ਇੱਥੇ ਆਏ ਨੇ। ਪਰ ਦੂਜੇ ਪਾਸੇ ਜੋ ਅੰਦਰ ਲੜਕੀਆਂ ਰਹਿ ਰਹੀਆਂ ਨੇ, ਜੋ ਵਿਦਿਆਰਥਣਾਂ ਨੇ, ਉਹਨਾਂ ਦੇ ਵੱਲੋਂ ਇਹ ਇਲਜ਼ਾਮ ਲਗਾਏ ਗਏ ਨੇ ਕਿ ਜੋ ਵਿਸ਼ੇ ਹੈ ਉਹ ਡਾਇਰੈਕਟ ਹੀ ਹੋਸਟਲ ਦੇ ਅੰਦਰ ਵੜਿਆ ਅਤੇ ਆਉਂਦੇ ਸਾਰ ਹੀ ਕਮਰੇ ਦੇ ਵਿੱਚ ਆ ਗਿਆ, ਜਿਸ ਤੋਂ ਬਾਅਦ ਗੁੱਸੇ ਦੇ ਵਿੱਚ ਆਏ ਵਿਦਿਆਰਥੀਆਂ ਦੇ ਵੱਲੋਂ ਹੁਣ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਗਿਆ। ਤਾਂ ਪਟਿਆਲਾ ਦੀ ਰਾਜੀਵ ਗਾਂਧੀ ਲਾਅ ਯੂਨੀਵਰਸਿਟੀ ਹੈ, ਬੜੀ ਮਸ਼ਹੂਰ ਯੂਨੀਵਰਸਿਟੀ ਹੈ, ਅਤੇ ਇਸ ਦੇ ਵਿੱਚ ਇਹ ਬੀਤੀ ਰਾਤ ਨੂੰ ਹੰਗਾਮਾ ਹੋਇਆ।